ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਦੂਕਾ। ਗੱਲ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੀ ਅਤੇ ਦਿੱਲੀ 'ਚ ਹੋ ਰਹੀ ਸਿਆਸਤ ਦੀ ਵੀ। ਪਹਿਲਾ ਮੁੱਦਾ ਕਿ ਮਲੂਕਾ ਪਰਿਵਾਰ ਦੇ ਵਿੱਚੋਂ ਇੱਕ ਜੀ ਤਾਂ ਭਾਜਪਾ ਦੇ ਵੱਲੋਂ ਚਰਚਾਵਾਂ ਨੇ ਕਿ ਉਮੀਦਵਾਰ ਬਣਨ ਜਾ ਰਹੇ ਨੇ। ਕੌਣ ਬਣਨ ਜਾ ਰਹੇ ਨੇ? ਉਹਨਾਂ ਦੀ ਨੂੰਹ IAS ਅਫਸਰ ਸੀ, ਅਸਤੀਫਾ ਦੇ ਦਿੱਤਾ ਸੇਵਾ ਪੂਰੀ ਹੋਣ ਤੋਂ ਪਹਿਲਾਂ ਹੀ। ਅਤੇ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਉਸ ਕਮੇਟੀ 'ਚ ਸ਼ਾਮਲ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਤਿਆਰ ਕਰਨਾ ਲੋਕ ਸਭਾ ਚੋਣਾਂ ਦੇ ਲਈ। ਤਾਂ ਇਹ ਕਿਵੇਂ ਨੇ, ਇੱਕ ਪਰਿਵਾਰ ਦੇ ਵਿੱਚ ਦੋ ਦੋ ਜੀ, ਕੋਈ ਭਾਜਪਾ ਵੱਲੋਂ ਅਤੇ ਕੋਈ ਕਾਂਗਰਸ ਵੱਲੋਂ ਅਤੇ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ, ਇੱਕ ਪਰਿਵਾਰ ਦੇ ਵਿੱਚ ਦੋ ਦੋ ਝੰਡਿਆਂ ਦੀ ਸਿਆਸਤ ਲਗਾਤਾਰਤਾ ਦੇ ਵਿੱਚ ਹੈ। ਇਸ ਦੇ ਉੱਤੇ ਗੱਲ ਕਰਾਂਗੇ। ਨਾਲ ਦੂਜੇ ਮਸਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਅਤੇ ਪਿੱਛੇ ਦੋ ਤਸਵੀਰਾਂ ਨਹੀਂ ਤਿੰਨ ਤਸਵੀਰਾਂ ਨਜ਼ਰ ਆਈਆਂ, ਸ਼ਹੀਦੇ ਆਜ਼ਮ ਭਗਤ ਸਿੰਘ ਦੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਵਿਚਾਲੇ ਕੇਜਰੀਵਾਲ ਦੀ ਤਸਵੀਰ। ਇਸ ਦੇ ਉੱਤੇ ਲੋਕਾਂ ਨੇ ਬਹੁਤ ਜ਼ਿਆਦਾ ਇਤਰਾਜ਼ ਜਤਾਇਆ ਕਿ ਇਹਨਾਂ ਵਿਰਾਸਤਾਂ ਦੇ ਵਿੱਚ, ਵਿਰਾਸਤੀ ਤਸਵੀਰਾਂ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਨ੍ਹਾਂ ਦੀ ਦੇਣ ਹੈ, ਉਸ ਦੇ ਵਿੱਚ ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਣ 'ਤੇ ਕਿਵੇਂ ਤਸਵੀਰ ਫਿੱਟ ਹੋ ਸਕਦੀ ਹੈ? ਇਹ ਤਮਾਮ ਮਸਲੇ 'ਤੇ ਗੱਲ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਗੱਲ ਕਰੀਏ ਜੀ ਮਲੂਕਾ ਪਰਿਵਾਰ ਦੀ। ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੀਆਂ ਖੁਦ ਦੀਆਂ ਚਰਚਾਵਾਂ ਸੀ, ਐਂ ਖੁੰਡ ਚਰਚਾ ਚੱਲਦੀ ਸੀ ਕਿ ਹੋ ਸਕਦਾ ਕਿ ਭਾਜਪਾ ਵਾਲੇ ਪਾਸੇ ਨਾ ਰੁੱਖ ਕਰ ਜਾਣ, ਜਿਵੇਂ ਉਹਨਾਂ ਨੇ ਗਤੀਵਿਧੀਆਂ ਥੋੜ੍ਹੀਆਂ ਘਟਾਈਆਂ। ਬਾਅਦ ਵਿੱਚ ਉਹ ਮੀਡੀਆ ਦੇ ਸਾਹਮਣੇ ਆਏ, ਕਿਹਾ ਕਿ ਨਹੀਂ ਇਹ ਐਵੇਂ ਹੀ ਅਫਵਾਹਾਂ ਫੈਲਾਈਆਂ ਜਾ ਰਹੀਆਂ, ਮੇਰਾ ਕੋਈ ਨਾਤਾ ਨਹੀਂ ਉਸ ਪਾਸੇ, ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਪੱਕਾ, ਅਤੇ ਉੱਧਰੋਂ ਹੀ ਅਸੀਂ ਜਿਹੜਾ ਜ਼ੋਰ ਲਾਵਾਂਗੇ ਇਲੈਕਸ਼ਨ ਜਿੱਤਣ ਦਾ। ਪਰ ਉਹਨਾਂ ਦੀ ਨੂੰਹ ਦਾ ਅਸਤੀਫਾ ਆਉਣਾ, ਫਿਰ ਇਹ ਚਰਚਾ ਹੋਣੀ ਕਿ ਭਾਜਪਾ ਦੇ ਵਿੱਚ ਜੁਆਇਨਿੰਗ ਵਾਲੀ, ਔਰ ਇੱਥੋਂ ਤੱਕ ਕਿ ਉਮੀਦਵਾਰ ਵੀ ਬਣਨਗੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ। ਕੀ ਸੰਕੇਤ ਦਿੰਦੀ ਹੈ ਰਾਜਨੀਤੀ? ਦੇਖੋ ਸੰਦੀਪ, ਸਭ ਤੋਂ ਵੱਡੀ ਗੱਲ ਕਿ ਅਗਰ ਪੰਜਾਬ ਦੇ ਅਫਸਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ, ਪੰਜਾਬ ਦੇ ਅਫਸਰਾਂ ਨੂੰ ਵੀ ਨਾ ਹੁਣ ਸਿਆਸਤ ਦਾ ਇਸ਼ਕ ਜਾਂ ਸਿਆਸਤ ਦੇ ਨਾਲ ਇਸ਼ਕ ਜਾਂ ਸਿਆਸਤ ਦਾ ਬੁਖਾਰ ਚੜ੍ਹਨਾ ਸ਼ੁਰੂ ਹੋ ਚੁੱਕਾ ਗਾ। ਪਹਿਲਾਂ ਬਹੁਤ ਸਾਰੇ ਅਫਸਰ ਕਦੇ ਇਲੈਕਸ਼ਨ ਨਹੀਂ ਸੀ ਲੜਦੇ, ਲੇਕਿਨ ਪੰਜਾਬ ਦੇ ਵਿੱਚ ਵੀ ਰੁਝਾਨ ਸ਼ੁਰੂ ਹੋ ਚੁੱਕਾ ਕਾਫੀ ਵੱਡੇ ਪੱਧਰ 'ਤੇ, ਬਾਕੀ ਸੂਬੇ ਦੇ ਸੂਬਿਆਂ ਦੇ ਵਿੱਚ ਵੀ ਇੱਦਾਂ ਦਾ ਗਾ, ਲੇਕਿਨ ਪੰਜਾਬ ਦੇ ਵਿੱਚ ਵੀ ਕਿ ਕਿਉਂ ਨਾ MLA ਬਣਿਆ ਜਾਵੇ, ਕਿਉਂ ਨਾ MP ਬਣਿਆ ਜਾਵੇ, ਕਿਉਂਕਿ ਐਕਸਪੈਰੀਮੈਂਟ ਹੋ ਚੁੱਕੇ ਨੇ। ਅਜੈਬ ਸਿੰਘ ਭੱਟੀ PCS ਅਫਸਰ ਸੀ, ਉਹ ਬਣ ਗਏ। ਫਿਰ ਜਿਹੜੇ ਇੱਕ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਲੁਧਿਆਣੇ ਤੋਂ, ਕਲੇਰ, ਉਹ ਬਣੇ। ਸੋਮ ਪ੍ਰਕਾਸ਼ ਬਣ ਗਏ ਪਹਿਲਾਂ ਮੁੱਖ, ਕੁਲਦੀਪ ਵੈਦ, ਫਿਰ ਸੋਮ ਪ੍ਰਕਾਸ਼ ਪਹਿਲਾਂ MLA ਬਣੇ, ਫਿਰ CPS ਬਣੇ, ਫਿਰ ਉਹ MP, ਫਿਰ MP ਬਣ ਗਏ, ਫਿਰ ਉਹ ਸੈਂਟਰ ਦੇ ਵਿਜੀ ਬਣ ਗਏ, ਫਿਰ ਫਗਵਾੜੇ ਤੋਂ ਡਾਕਟਰ ਬਲਵਿੰਦਰ ਸਿੰਘ ਬਣ ਗਏ। ਦਰਬਾਰਾ ਸਿੰਘ ਗੁਰੂ ਨੇ ਕੋਸ਼ਿਸ਼ ਕੀਤੀ, ਦੋ ਵਾਰਾਂ ਨਹੀਂ ਬਣੇ। ਜਿਹੜੇ ਪਰਮਦੀਪ ਸਿੰਘ ਗਿੱਲ ਸੀ DGP, ਉਹ ਮੋਗੇ ਤੋਂ ਲੜੇ, ਨਹੀਂ ਬਣੇ, ਗੱਲ ਨਹੀਂ ਬਣੀ। ਡਾਕਟਰ ਅਮਰ ਸਿੰਘ IAS ਨਾ, ਹੁਣ ਪੰਜਾਬ ਇਹਨਾਂ ਅਫਸਰਾਂ ਨੂੰ ਵੀ ਚਾਅ ਜਿਹਾ ਚੜਿਆ ਸਿਆਸਤ ਦਾ। ਹੁਣ ਹਰਦੀਪ ਪੁਰੀ ਸੀ IFS ਸੀ, ਉਹ ਆ ਕੇ ਅੰਮ੍ਰਿਤਸਰ ਲੜੇ, ਹਾਰ ਗਏ। ਹੁਣ ਤਰਨਜੀਤ ਸਿੰਘ ਸੰਧੂ ਇੰਡੀਅਨ ਫੋਰਨ ਸਰਵਿਸ ਦੇ ਵੱਡੇ ਅਧਿਕਾਰੀ ਨੇ ਸਮੁੰਦਰੀ ਪਰਿਵਾਰ 'ਚ, ਉਹ ਵੀ ਅੰਮ੍ਰਿਤਸਰ ਕਿਸਮਤ ਅਜਮਾ ਰਹੇ ਨੇ। ਹੁਣ ਆਹ ਜਿਹੜਾ ਮਸਲਾ ਆ ਗਿਆ ਕਿ ਉਹਨਾਂ ਦਾ ਬਹੁਤਿਆਂ ਦਾ ਪਿਛੋਕੜ ਨਹੀਂ ਸੀ, ਪਰ ਮਲੂਕਾ ਸਾਹਿਬ ਦਾ ਬੜਾ ਪਿਛੋਕੜ ਹੈ। ਕਾਲੀ ਆ, ਕੱਟੜ ਕਾਲੀ ਹੈ, ਟਕਸਾਲੀ ਕਾਲੀ ਆ। ਅਗਰ ਉਹਨਾਂ ਦੀ ਨੂੰਹ ਬਾਰੇ ਜਿਹੜੇ ਪਰਮਪਾਲ ਕੌਰ ਸਿੱਧੂ ਨੇ, ਕਿਉਂਕਿ ਮਲੂਕਾ ਦੇ ਪਿੰਡ ਨੇ, ਗੋਤ ਇਹਨਾਂ ਦੀ ਸਿੱਧੂ ਆ, ਔਰ ਅਕਾਲੀ ਦਲ ਦੇ ਜਿਹੜੇ ਪੁਰਾਣੇ ਲੀਡਰ, ਉਹ ਆਪਣੀ ਗੋਤ ਨਹੀਂ ਲਿਖਦੇ ਸੀ ਨਾ, ਪਿੰਡਾਂ ਦੇ ਨਾਮ ਲਿਖਦੇ ਨਹੀਂ ਲਿਖਦੇ ਸੀ, ਉਹ ਕਲਚਰ ਵੀ ਵਧੀਆ ਸੀ। ਹੁਣ ਇਹ ਪਰਮਪਾਲ ਕੌਰ ਸਿੱਧੂ ਨੇ, ਉਹ ਰਿਟਾਇਰਮੈਂਟ, ਹਾਲਾਂਕਿ ਇਸ ਸਾਲ ਦੇ ਅਕਤੂਬਰ 'ਚ ਕਹਿੰਦੇ ਰਿਟਾਇਰਮੈਂਟ ਉਹਨਾਂ ਦੀ ਹੈ, ਉਹ ਪਹਿਲਾਂ ਛੱਡ ਚੁੱਕੇ ਨੇ ਨੌਕਰੀ, VRS ਲੈ ਲਈ ਹੈਗੀ ਆ। ਹੁਣ ਸਵਾਲ ਹੈ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਪਾਸੇ ਅਕਾਲੀ ਦਲ ਅਤੇ ਇੱਕ ਪਾਸੇ BJP, ਜਿਵੇਂ ਇੱਕ ਪਾਸੇ ਕਾਂਗਰਸ ਅਤੇ ਇੱਕ ਪਾਸੇ BJP, ਜਿਵੇਂ
ਪ੍ਰਤਾਪ ਸਿੰਘ ਬਾਜਵਾ, ਫਤਿਹ ਜੰਗ ਸਿੰਘ ਬਾਜਵਾ, ਤੇ ਮਲੂਕਾ ਸਾਹਿਬ ਦੇ ਘਰ ਵੀ ਭਾਈ ਇੱਕ ਪਾਸੇ ਤੱਕੜੀ ਠੰਗੀ ਹੋਊਗੀ, ਨਾਲ ਕਮਲ ਦਾ ਫੁੱਲ ਹੋਊਗਾ, ਕਿਉਂਕਿ ਇਸ ਪਰਿਵਾਰ ਨੇ ਹਲੇ ਖੁੱਲ੍ਹ ਕੇ ਨਹੀਂ ਦੱਸਿਆ, ਨਾ ਸਿਕੰਦਰ ਸਿੰਘ ਮਲੂਕਾ ਸਾਹਿਬ ਨੇ ਦੱਸਿਆ ਗਿਆ, ਨਾ ਸਿਕੰਦਰ ਸਿੰਘ ਮਲੂਕਾ ਸਾਹਿਬ ਦੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਦੱਸਿਆ, ਅਤੇ ਨਾ ਹੀ ਜਿਹੜੇ ਆਈ ਐੱਸ ਜਿਨ੍ਹਾਂ ਨੇ ਨੌਕਰੀ ਛੱਡੀ ਪਰਮਪਾਲ ਕੌਰ ਹੋਣਾ ਨੇ ਦੱਸਿਆ ਗਾ। ਹੁਣ ਸਵਾਲ ਹੈ ਕਿ ਮਲੂਕਾ ਸਾਹਿਬ ਦੀ ਕੀ ਅਕਾਲੀ ਦਲ ਦੇ ਨਾਲ ਨਾਰਾਜ਼ਗੀ ਆ ਜਾਂ ਬਾਦਲ ਪਰਿਵਾਰ ਦੇ ਨਾਲ ਨਾਰਾਜ਼ਗੀ ਆ? ਚਰਚਾ ਤਾਂ ਇਹ ਆ, ਜਿਹੜੀਆਂ ਹੁਣ ਖਬਰਾਂ ਬਾਹਰ ਨਿਕਲੀਆਂ ਕਿ ਨਾਰਾਜ਼ਗੀ ਸਿਕੰਦਰ ਸਿੰਘ ਮਲੂਕਾ ਦੀ ਬਾਦਲ ਪਰਿਵਾਰ ਨਾਲ, ਜਦੋਂ 2022 ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੂੰ ਕਹਿ ਦਿੱਤਾ ਸੀ ਇਸ ਵਾਰ ਤੁਸੀਂ ਵੀ ਦੋ ਟਿਕਟਾਂ 'ਤੇ ਲੜੋ, ਇੱਕ ਆਪਣੇ ਮੁੰਡੇ ਨੂੰ ਵੀ ਲੜਾਓ ਅਤੇ ਖੁਦ ਵੀ ਲੜੋ। ਅਕਾਲੀ ਦਲ ਦੇ ਵਿੱਚ ਕਲਚਰ ਆ ਕਿ ਪਿਓ ਵੀ ਲੜੂਗਾ ਅਤੇ ਮੁੰਡਾ ਵੀ ਲੜੂਗਾ, ਦਾਦਾ ਵੀ ਲੜੂਗਾ ਜੇ ਕਿਤੇ ਪੋਤਾ ਜਵਾਨ ਹੋਵੇ ਤੇ। ਹੁਣ ਇਹ ਆਪ ਲੜਨਾ ਚਾਹੁੰਦੇ ਸੀ 2022 ਦੇ ਵਿੱਚ ਮੌੜ ਹਲਕੇ ਤੋਂ, ਕਿ ਉਹਨਾਂ ਉੱਥੇ ਕੰਮ ਕੀਤਾ, ਅਤੇ ਮੁੰਡੇ ਨੂੰ ਲੜਾਉਣਾ ਚਾਹੁੰਦੇ ਜਿਹੜੀ ਇਹਨਾਂ ਦੀ ਰਾਮਪੁਰਾ ਫੂਲ ਸੀਟ ਤੋਂ। ਐਨ ਮੌਕੇ ਚਰਚਾ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਕਿਉਂਕਿ ਹਰਸਿਮਰਤ ਕੌਰ ਬਾਦਲ ਦੀ ਵੀ ਚੱਲਦੀ ਕਾਫੀ ਆ, ਹਰਸਿਮਰਤ ਕੌਰ ਬਾਦਲ ਉਹਨਾਂ ਨੇ ਜਗਮੀਤ ਸਿੰਘ ਬਰਾੜ ਜਿਹੜੇ ਕਾਂਗਰਸੀ ਕਈ ਪਾਰਟੀਆਂ ਦਾ ਉਹਨਾਂ ਨੇ ਪਾਣੀ ਪੀ ਲਿਆ ਹੈਗਾ, ਐਨ ਮੌਕੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈਗੀ ਅਤੇ ਇਹ ਥੋੜ੍ਹੇ ਜਿਹੇ ਨਾਰਾਜ਼ ਹੋ ਗਏ। ਹਾਲਾਂਕਿ ਹੁਣ ਫਿਰ ਇਹਨਾਂ ਨੂੰ ਹਲਕੇ ਦਾ ਬਣਾਇਆ ਗਿਆ, ਤੁਸੀਂ ਮੌੜ ਦੇਖੋ, ਪਰ ਹੁਣ ਪਤਾ ਨਹੀਂ ਕਿਹੜੀ ਗੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਇੱਕ ਪਾਸੇ ਕੋਰ ਕਮੇਟੀ ਦੇ ਮੈਂਬਰ ਵੀ ਨੇ, ਨਾਰਾਜ਼ਗੀ ਉਹਨਾਂ ਦੀ, ਜਾਂ ਇਹ ਹੋ ਸਕਦਾ ਕਿ ਕਹੇ ਕਿ ਮੈਂ ਤਾਂ ਅਕਾਲੀ ਦਲ ਦੇ ਵਿੱਚ ਹਾਂ, ਹੁਣ ਮੇਰਾ ਮੁੰਡਾ ਅਤੇ ਮੇਰੀ ਨੌਂ ਕਿਸੇ ਦੂਜੀ ਪਾਰਟੀ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਮਿਲਦੀ ਅਤੇ ਇਹਦੇ 'ਚ ਮੇਰਾ ਕੀ ਕਸੂਰ ਹੈ? ਕਿਉਂਕਿ ਪੋਲੀਟੀਕਲ ਜਿਹੜੇ ਨੇਤਾ ਹੁੰਦੇ ਨੇ ਬਾਅਦ 'ਚ ਇਹੋ ਜਿਹੇ ਪੱਖ ਦਿੰਦੇ ਨੇ ਕਿ ਉਹਨਾਂ ਦਾ ਆਪਣਾ ਘਰ ਜੀ, ਉਹਨਾਂ ਨੇ ਆਪਣੀ ਦੁਨੀਆ, ਮੇਰੀ ਆਪਣੀ ਦੁਨੀਆ ਗਿਆ। ਮੋਲੇ ਸਾਹਿਬ ਦੀ ਉਦਾਹਰਨ ਵੱਡੀ ਹੈ, ਹਾਲ ਦੀ ਘੜੀ ਦੇ ਜਦੋਂ ਉਹਨਾਂ ਦੀ ਧੀ ਨੇ ਪਲੜਾ ਬੀਜੇਪੀ ਦਾ ਫੜਿਆ, ਉਹ ਰੋ ਪਏ ਸੀ ਪ੍ਰੈਸ ਕਾਨਫਰੰਸ 'ਚ, ਚਾਹੇ ਉਹ ਰੋਣਾ ਝੂਠਾ ਸੀ ਸੱਚਾ ਸੀ, ਪਰ ਰੋਏ ਸੀ, ਹੰਝੂ ਆਏ ਸੀ। ਸਿਆਸਤ ਦੇ ਵਿੱਚ ਸੰਦੀਪ ਡਰਾਮੇ ਬੜੇ ਹੁੰਦੇ ਨੇ, ਅਤੇ ਜਦੋਂ ਡਰਾਮਿਆਂ ਦੀ ਗੱਲ ਕੀਤੀ ਹੋਵੇ ਨਾ, ਪੋਲੀਟੀਕਲ ਡਰਾਮਿਆਂ ਦੇ ਵਿੱਚ, ਤਾਂ ਉਦੋਂ ਤੁਸੀਂ ਕਹਿ ਸਕਦੇ ਕਿ ਬਲਵੰਤ ਸਿੰਘ ਰਾਮੂ ਵਾਲੀਏ ਦਾ ਕੋਈ ਤੋੜ ਨਹੀਂ ਹੈਗਾ ਜੀ, ਉਹ ਤਾਂ ਗੱਲ ਗੱਲ 'ਤੇ ਰੋ ਪੈਂਦੇ ਹੈਗੇ ਨਾ ਜੀ, ਕਿਉਂਕਿ ਸਿਆਸਤ ਦੇ ਵਿੱਚ ਇਹੋ ਜਿਹੀਆਂ ਆਏ ਬੜੀ ਵੀ ਚੀਜ਼ਾਂ ਵੀ ਚੱਲਦੀਆਂ ਨੇ। ਹੁਣ ਸਿਕੰਦਰ ਸਿੰਘ ਮਲੂਕਾ ਜਾਂ ਹੋਰ ਸਾਰੇ ਪੋਲੀਟੀਸ਼ੀਅਨ ਬਾਰ 'ਚ ਇਹੀ ਕਹਿਣਗੇ ਕਿ ਮੈਂ ਤਾਂ ਜੰਮਿਆ ਅਕਾਲੀ ਸੀ ਅਤੇ ਮਰੂੰਗਾ ਵੀ ਅਕਾਲੀ, ਹੈ ਨਾ, ਬਾਅਦ 'ਚ ਇਹ ਵੀ ਗੱਲਾਂ ਕਰਦੇ ਨੇ, ਮੈਂ ਜੰਮਿਆ ਤਾਂ ਕਾਂਗਰਸੀ ਅਤੇ ਮਰੂੰਗਾ ਵੀ ਕਾਂਗਰਸੀ, ਹੈ ਨਾ, ਅਤੇ ਹੁਣ ਉਹ ਚੀਜ਼ਾਂ ਗਈਆਂ ਨੇ, ਮੈਂ ਜੰਮਿਆ ਤਾਂ ਕਾਂਗਰਸੀ ਪਰ ਮਰੂੰਗਾ ਹੁਣ ਬੀਜੇਪੀ 'ਚ ਜਾ ਕੇ, ਪਤਾ ਨਹੀਂ ਨਾ ਹੁਣ ਇਹ ਸਵਾਲ ਆ ਨਾ ਜੀ। ਹੁਣ ਇਹ ਮਸਲੇ ਦੇ ਵਿੱਚ ਆ ਕਿ ਇਹ ਜਿਹੜੀ ਚਰਚਾ ਸ਼ੁਰੂ ਹੋ ਗਈ, ਮੰਨ ਕੇ ਚੱਲਦੇ ਕਿ ਅਗਰ ਪਰਮਪਾਲ ਕੌਰ ਜਿਹੜੇ ਸਿੱਧੂ ਨੇ ਉਹ ਬੀਜੇਪੀ 'ਚ ਸ਼ਾਮਿਲ ਹੋ ਜਾਂਦੇ, ਤਾਂ ਫਿਰ ਇਸ ਵਾਰ ਪੰਜਾਬ ਦੀ ਸਭ ਤੋਂ ਜਿਹੜੀ ਹੌਟ ਸੀਟ ਕਿਹੜੀ ਬਣ ਜੂਗੀ? ਬਠਿੰਡਾ। ਤਿੰਨੇ ਬੀਬੀਆਂ ਚੋਣ ਮੈਦਾਨ ਦੇ ਵਿੱਚ ਹੋਣਗੇ, ਅਤੇ ਸਿਆਸਤ ਦੇ ਮੈਦਾਨ ਦੇ ਵਿੱਚ ਇਸ ਵਾਰ ਬਠਿੰਡੇ ਜਿਹੜੀ ਕਿੱਕਲੀ ਪੈਣੀ ਨਾ, ਉਹ ਪੰਜਾਬ ਦੀਆਂ 12 ਸੀਟਾਂ ਦੇ ਨਹੀਂ, ਕਿੱਕਲੀ ਪੈਣੀ। ਇੱਕ ਪਾਸੇ ਹਰਸਿਮਰਤ ਕੌਰ ਬਾਦਲ, ਦੂਜੇ ਪਾਸੇ ਯੋਰ ਲੱਗਾ ਰਾਜਾ ਅਮਰਿੰਦਰ ਸਿੰਘ ਵੜਿੰਗ, ਆਪਣੀ ਘਰਵਾਲੀ ਅੰਮ੍ਰਿਤਾ ਵੜਿੰਗ ਦੇ ਯੋਰ ਲੱਗਾ, ਉਹਨੂੰ ਜੇ ਅਗਰ ਟਿਕਟ ਮਿਲ ਗਈ, ਪਰਮਪਾਲ ਕੌਰ ਸਿੱਧੂ ਨੂੰ ਮਿਲ ਗਈ ਬੀਜੇਪੀ ਵਾਲੇ, ਤਾਂ ਫਿਰ ਤਿੰਨ ਬੀਬੀਆਂ ਦਾ ਉੱਥੇ ਜਿਹੜੀ ਕਿੱਕਲੀ ਪਏਗੀ ਨਾ, ਬੜੇ ਫਸਵਾਂ ਮੁਕਾਬਲਾ ਹੋਊਗਾ, ਔਰ ਸ਼ਾਇਦ ਇਹ ਪਹਿਲੀ ਦਫ਼ਾ ਪੰਜਾਬ ਦੀ ਲੋਕ ਸਭਾ ਦੀ ਚੋਣਾਂ ਦੇ ਇਤਿਹਾਸ ਹੋਊਗਾ ਕਿ ਜਦੋਂ ਸਿੱਧਾ ਬੀਬੀਆਂ ਦੀ ਟੱਕਰ ਹੋ ਗਈ। ਹੁਣ ਚੁਪਤਾ ਕਿਹੜਾ ਹੋਊਗਾ, ਉਹ ਹੋ ਸਕਦਾ, ਕਿਉਂਕਿ ਤਿੰਨ ਤਾਂ ਹੈ ਹੀ ਆ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਕਾਂਗਰਸ, ਅਤੇ ਆਪ ਵਾਲੇ ਤਾਂ ਖੁੱਡੀਆਂ ਸਾਹਿਬ ਹੀ ਆ, ਫਿਰ ਕੀ ਹੋਊਗਾ? ਟਾਈਟਲ ਵੀ ਅਖਬਾਰਾਂ ਦੇ, ਹੈੱਡਲਾਈਨ ਵੀ ਛਪੂਗੀ, ਖੁੱਡੀਆਂ ਵਰਸਜ ਲੇਡੀਜ਼, ਹੈ ਨਾ, ਖੁੱਡੀਆਂ ਬਨਾਮ ਬੀਬੀਆਂ ਦਾ ਨਾ ਮੁਕਾਬਲਾ, ਜਾਂ ਤਿੰਨ ਬੀਬੀਆਂ ਦਾ ਮੁਕਾਬਲਾ ਖੁੱਡੀਆਂ ਸਾਹਿਬ ਨਾਲ, ਜਾਂ ਖੁੱਡੀਆਂ ਦਾ ਮੁਕਾਬਲਾ ਤਿੰਨ ਬੀਬੀਆਂ ਦੇ ਨਾਲ, ਨਾ ਇਹ ਹੁਣ ਇਹ ਜਿਹੜਾ ਚਰਚਾ ਸ਼ੁਰੂ ਹੋ ਚੁੱਕੀ ਹੈ। ਲੇਕਿਨ ਅੱਜ ਚਰਚਾ ਹੀ ਕਿ ਸ਼ਾਇਦ ਇਹ ਪਰਮਪਾਲ ਕੌਰ ਹੋਣੀ ਬੀਜੇਪੀ 'ਚ ਸ਼ਾਮਿਲ ਹੋ ਸਕਦਾ, ਜਿਹੜੇ ਔਨਲਾਈਨ ਖਬਰਾਂ ਛਪੀਆਂ ਨੇ, ਪਰ ਕਹਿੰਦੇ ਅਚਾਨਕ ਉਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਹੁਣ ਜੇ ਉਹਨਾਂ ਨੇ ਆਪਣੀ
7 ਮਹੀਨੇ ਪਹਿਲਾਂ ਨੌਕਰੀ ਛੱਡੀ ਆ, ਦਿਮਾਗ ਦੇ ਵਿੱਚ ਕੁਝ ਚੱਲ ਹੀ ਰਿਹਾ ਹੋਊਗਾ ਨਾ, ਨਹੀਂ ਤੇ 7 ਮਹੀਨੇ ਜਿੱਥੇ ਉਹ ਪਹਿਲਾਂ ਸਰਕਾਰ ਨੇ ਖੁੱਡੇ ਲਾਈਨ ਉਹਨਾਂ ਨੂੰ ਲਾ ਛੱਡਿਆ ਹੈਗਾ, 7 ਮਹੀਨੇ ਹੋਰ ਖੁੱਡੇ ਲਾਈਨ ਲਾ ਲੈਂਦੇ। ਇੱਕ IAS ਅਫਸਰ ਦੇ ਵੀ ਕੁੱਲ ਮਿਲਾ ਕੇ 2 ਲੱਖ ਸੈਲਰੀ ਬਣ ਜਾਂਦੀ ਹੈਗੀ ਆ, ਉਹਨਾਂ ਨੂੰ ਤਾਂ ਮਾੜਾ ਕੀ ਹੈਗਾ ਸੀ 7 ਮਹੀਨਿਆਂ ਦਾ, 12-13 ਲੱਖ ਰੁਪਇਆ ਹੀ ਜੇਬ 'ਚ ਆ ਜਾਣਾ ਸੀ। ਹੁਣ ਜਿਹੜੇ 7 ਮਹੀਨੇ ਉਹਨਾਂ ਨੇ ਪਹਿਲਾਂ ਨੌਕਰੀ ਛੱਡੀ ਆ, ਕੋਈ ਨਾ ਕੋਈ ਵਜ੍ਹਾ ਤਾਂ ਹੈ ਹੀ ਹੈ ਨਾ ਜੀ, ਅਤੇ ਉਹ ਵਜ੍ਹਾ ਕਹਿੰਦੇ BJP ਦੱਸੀ ਜਾ ਰਹੀ ਹੈ। ਜਾਂ ਇਹ ਵੀ ਹੋ ਸਕਦਾ ਹੈ ਕਿ ਸਿਕੰਦਰ ਸਿੰਘ ਮਲੂਕਾ ਸਾਹਿਬ ਹੋਣਾ ਨੇ ਬਾਦਲਾਂ ਨੂੰ ਟੀਕਾ ਲਾ ਦਿੱਤਾ ਹੋਊਗਾ। ਬੀਤੇ ਦਿਨ ਕਹਿੰਦੇ ਨੇ ਕਿ ਜਦੋਂ ਇਹ ਅਕਾਲੀ ਦਲ ਨੂੰ ਪਤਾ ਲੱਗਾ ਕਿ ਪਰਮਪਾਲ ਕੌਰ ਸਿੱਧੂ ਹੋਣੀ ਛੱਡ ਰਹੇ ਨੇ ਨੌਕਰੀ, ਕਿਉਂਕਿ ਹਫ਼ਤੇ ਤੋਂ ਚੱਲ ਰਹੀ ਸੀ ਐਕਸਰਸਾਈਜ਼, ਅਤੇ ਬਿਕਰਮ ਸਿੰਘ ਮਜੀਠੀਆ ਕਿਉਂਕਿ ਅਕਾਲੀ ਦਲ ਦੇ ਇਸ ਵੇਲੇ ਟ੍ਰਬਲ ਸ਼ੂਟਰ ਉਹ ਹੀ ਨੇ, ਉਹ ਫਿਰ ਮਲੂਕਾ ਸਾਹਿਬ ਦੇ ਨਾਲ ਗਏ ਨੇ। ਮਲੂਕਾ ਸਾਹਿਬ ਚਾਹੇ ਉਮਰ ਦੇ ਵਿੱਚ ਵੱਡੇ ਨੇ, ਉਹਨਾਂ ਦੀ 75-76 ਸਾਲ ਹੋ ਗਏ ਨੇ ਮਲੂਕਾ ਸਾਹਿਬ, ਲੇਕਿਨ ਉਹਨਾਂ ਦੀ ਯਾਰੀ ਬਿਕਰਮ ਮਜੀਠੀਆ ਦੇ ਨਾਲ ਵੀ ਹੈਗਾ, ਅਤੇ ਬਿਕਰਮ ਮਜੀਠੀਆ ਫਿਰ ਆਪਣੀ ਯਾਰੀ ਦਾ ਵਾਸਤਾ ਵੀ ਪਾ ਦਿੰਦੇ ਹੈਗੇ ਨੇ, ਕਿਉਂਕਿ ਲੜਾਈ ਬਹੁਤ ਵੱਡੀ ਜਿਹੜੀ ਉੱਥੋਂ ਲੜੀ ਜਾਣੀ ਹੈਗੀ ਆ। ਹਰਸਿਮਰਤ ਕੌਰ 4th ਵਾਰਾਂ ਇਲੈਕਸ਼ਨ ਲੜ ਰਹੇ ਨੇ, ਜਿੱਤ ਦਾ ਵੀ ਸਵਾਲ ਆ, ਪਰਿਵਾਰ ਦਾ ਵੀ ਸਵਾਲ ਆ, ਨੱਕ ਦਾ ਵੀ ਸਵਾਲ ਆ, ਵਕਾਰ ਦਾ ਵੀ ਸਵਾਲ ਆ, ਪਰਿਵਾਰ ਦਾ ਵੀ ਸਵਾਲ ਆ, ਹੈ ਨਾ, ਸਭ ਕੁਛ ਆ। ਅਤੇ ਇਸ ਕਰਕੇ ਹੁਣ ਲੱਗਦਾ ਕਿ ਨਹੀਂ, ਬੈਠ ਦਿਓ ਸ਼ਾਇਦ, ਇਸੇ ਕਰਕੇ ਪ੍ਰੋਗਰਾਮ ਜਿਹੜਾ ਵਾ ਉਹ ਰੱਦ ਹੋ ਗਿਆ। ਪਰ ਸਵਾਲ ਹੈ ਕਿ ਪੋਲੀਟੀਕਲ ਲੀਡਰਾਂ ਨੂੰ ਚਾਹੀਦਾ ਹੈਗਾ ਕਿ ਆਪਣੇ ਟੱਬਰਾਂ ਨੂੰ ਦੂਰ ਰੱਖੋ। ਜਦ ਤੁਸੀਂ ਨਹੀਂ ਲੜਦੇ ਤੇ ਫਿਰ ਪਰਿਵਾਰ ਦਾ ਅੱਗੇ ਮੈਂਬਰ ਲੈ ਕੇ ਆਓ, ਪਰ ਚਾਹੇ ਕਾਂਗਰਸ ਵਿੱਚ ਚਾਹੇ ਅਕਾਲੀ ਆ, ਇਹਨਾਂ ਨੇ ਤੇ ਆਪਣੇ ਟੱਬਰ ਜੋ ਕੋਈ MLA ਬਣ ਜਾਂਦਾ ਉਹ ਆਪਣੇ ਭਰਾ ਨੂੰ ਬਲਾਕ ਸਮਿਤੀ ਦਾ ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਲਾ ਦਿੰਦਾ ਹੈਗਾ। ਮਲੂਕਾ ਸਾਹਿਬ ਆਪ MLA ਮੰਤਰੀ ਹੀ, ਗੁਰਪ੍ਰੀਤ ਸਿੰਘ ਮਲੂਕਾ ਹੁਣ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦਾ ਚੇਅਰਮੈਨ ਲਾ ਦਿੱਤਾ। ਸਾਰੇ ਮਤਲਬ ਅਕਾਲੀ ਦਲ ਦੇ ਕਿਸੇ ਵੀ ਲੀਡਰ 'ਤੇ ਉਂਗਲ ਰੱਖ ਲਓ, ਜੇ 2 ਮੁੰਡੇ ਨੇ ਦੋਨੇ ਸੈੱਟ, ਜੇ 3 ਮੁੰਡੇ ਨੇ ਤਿੰਨੇ ਸੈੱਟ, ਜੇ 1 ਮੁੰਡਾ ਉਦੋਂ ਹੋਣਾ ਹੀ ਹੋਣਾ। ਉੱਥੋਂ ਤੁਸੀਂ ਚਲੋ ਜੀ ਗੁਰਦਾਸਪੁਰ ਤੋਂ ਲੈ ਕੇ ਘੁੰਮਦੇ ਘੁੰਮਾਉਂਦੇ ਫਿਰੋਜ਼ਪੁਰ ਆ ਜਾਓ, ਫਿਰ ਬਠਿੰਡੇ ਆ ਜਾਓ, ਫਿਰ ਇੱਥੇ ਡੇਰਾ ਬੱਸੀ ਮੋਹਾਲੀ ਆ ਜਾਓ। ਕਿਸੇ ਵੀ ਲੀਡਰ ਨੇ ਆਪਣਾ ਜਿਹੜਾ ਮੁੰਡਾ ਨਾ, ਇਹ ਨਹੀਂ ਹੈ ਕਿ ਉਹਨੂੰ ਪੋਲਿਟਿਕਸ 'ਚੋਂ ਦੂਰ ਰੱਖਿਆ, ਕਿਸੇ ਨੇ ਕੁਰਸੀ ਦਵਾਈ ਹੈਗੀ ਆ। ਚਾਹੇ ਤੁਸੀਂ ਪੁਰਾਣੇ ਲੀਡਰਾਂ 'ਚੋਂ ਲਾ ਲਓ, ਸੁੱਚਾ ਸਿੰਘ ਲਗਾਹ ਲਾ ਲਓ, ਨਿਰਮਲ ਸਿੰਘ ਕਾਹਲੋਂ ਲਾ ਲਓ, ਸੇਵਾ ਸਿੰਘ ਸੇਖਵਾਂ ਲਾ ਲਓ, ਡਾਕਟਰ ਰਤਨ ਸਿੰਘ ਅਜਨਾਲਾ ਲਾ ਲਓ, ਰਣਜੀਤ ਸਿੰਘ ਬ੍ਰਹਮਪੁਰਾ ਲਾ ਲਓ, ਉਹਦੇ ਦੋਹਤੇ ਵੀ, ਭਾਂਜੇ ਵੀ, ਮੁੰਡੇ ਵੀ, ਅਟਵਾਲ ਚਰਨਜੀਤ ਅਟਵਾਲ ਆ ਜਾਓ, ਜਨਮੇਜਾ ਸਿੰਘ ਸੇਖੂ ਵੱਲ ਲੈ ਲਓ, ਬਾਦਲ ਸਾਹਿਬ ਲੈ ਲਓ, ਸਿਕੰਦਰ ਸਿੰਘ ਮਲੂਕਾ ਲੈ ਲਓ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਲੈ ਲਓ, ਗੁਰਦੇਵ ਬਾਦਲ ਲੈ ਲਓ, ਉਹਦੇ 3-4 ਮੁੰਡੇ ਉਹ ਵੀ ਸਾਰੇ, ਫਿਰ ਦੂਜਾ ਗੁਲਸ਼ਨ ਪਰਿਵਾਰ, ਹੈ ਨਾ, ਆਪ MP ਰਹਿ ਚੁੱਕੇ, ਫਿਰ ਘਰ ਵਾਲਾ ਜਿਹੜੇ ਨੇ ਜਸਟਿਸ ਨਿਰਮਲ ਸਿੰਘ, ਉਹ ਬੱਸੀ ਪਠਾਣਾ ਤੋਂ MLA ਬਣ ਗਏ, ਇੱਕ ਵਾਰ ਹਾਰ ਗਏ। ਇਹੋ ਹੀ ਹਾਲ ਕਾਂਗਰਸ ਪਾਰਟੀ ਦਾ ਹੈਗਾ। ਹੁਣ ਜੇ ਕਹਿੰਦੇ ਨੇ ਕਿ ਉਹ ਕਹਿੰਦੇ ਕਿ ਜੇ ਤੁਹਾਡੇ ਮੁੰਡੇ ਆ ਸਕਦੇ ਨੇ ਤਾਂ ਫਿਰ ਨੌਵਾਂ ਨੂੰ ਕੀ ਬਿਮਾਰੀ, ਨੌਵਾਂ ਕਿਉਂ ਨਹੀਂ ਆ ਸਕਦੇ? ਹੁਣ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਧੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ, ਨੌਵਾਂ ਵੀ ਸ਼ੁਰੂ ਹੋ ਗਿਆ। ਉਹਦੇ BJP ਅਗਰ ਬਿੱਲ ਪਾਸ ਕਰ ਦਿੰਦੇ, ਇਸੇ ਪਾਰਲੀਮੈਂਟ ਦੇ ਵਿੱਚ ਲਾਗੂ ਕਰ ਦਿੰਦੇ ਹੈਗੇ, ਫਿਰ ਪੰਜਾਬ ਦੀਆਂ 33% ਜਿਹੜਾ ਕਹਿੰਦੇ ਸੀ ਕੋਟਾ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ, ਅਤੇ 13 ਦਾ 33% ਲਾ ਲਓ, ਫਿਰ ਕਿੰਨਾ ਬਣ ਜਾਣਾ ਹੈਗਾ? ਇੱਥੇ 7-8 ਤੇ ਟਿਕਟਾਂ ਬੀਬੀਆਂ ਨੂੰ ਮਿਲ ਜਾਣੀਆਂ ਸੀ। ਸਵਾਲ ਇਸੇ ਨਾਲ ਜੁੜਿਆ ਹੋਇਆ ਕਿ ਭਾਜਪਾ ਦੇ ਸ਼ਮੂਲੀਅਤ 'ਚ ਇੱਕੋ ਪਰਿਵਾਰ 'ਚ ਦੂਜੇ ਹੋਰ ਪਾਰਟੀ ਨਾਲ ਸੰਬੰਧ ਜਾ ਰਹੇ ਨੇ, ਪਰ ਕਈ ਪਾਰਟੀਆਂ ਛੱਡ ਛੱਡ ਵੀ ਜਿਹੜੇ ਭਾਜਪਾ 'ਚ ਜਾ ਰਹੇ ਸੀ। ਅੱਜ ਜਦੋਂ ਫੀਲਡ ਵਰਕ ਕੀਤਾ ਉੱਥੇ ਆਮ ਲੋਕਾਂ ਦੀ ਜ਼ਬਾਨ 'ਤੇ ਸੀ, ਜਦੋਂ ਦੇਖਦੇ ਆ ਨਾ ਕਿ ਪੱਤਰਕਾਰ ਨੇ ਸ਼ਾਇਦ ਇਹਨਾਂ ਨੂੰ ਵੱਧ ਪਤਾ ਹੋਵੇ, ਉਹ ਇੱਕ ਸਵਾਲ ਕਰਦੇ ਆ ਲੋਕ, ਕਹਿੰਦੇ ਕਿ ਤੁਸੀਂ ਦੱਸੋ ਸਾਨੂੰ ਸਮਝ ਨਹੀਂ ਆ ਰਹੀ, ਲੋਕ ਕਹਿੰਦੇ ਆਮ ਕਿ ਭਾਜਪਾ ਵੱਲ ਕਿਉਂ ਭੱਜ ਰਹੇ ਆ ਸਾਰੇ, ਚਾਹੇ ਉਹ ਕਾਂਗਰਸ ਦਾ, ਚਾਹੇ ਕੋਈ ਆਪ ਦਾ, ਚਾਹੇ ਅਕਾਲੀ ਦਲ ਦਾ, ਚਾਹੇ ਕਿਸੇ ਪਰਿਵਾਰ ਦਾ, ਕਹਿੰਦੇ ਭਾਜਪਾ ਵੱਲ ਰੇਸ ਜ਼ਿਆਦਾ, ਬਾਕੀਆਂ ਵੱਲ ਘੱਟ ਜਾ ਰਹੇ ਆ, ਵਜ੍ਹਾ ਕੀ ਹੈ? ਕਿਉਂਕਿ ਬਾਕੀਆਂ ਕੋਲ ED, CBI, ਇਨਕਮ ਟੈਕਸ ਨਹੀਂ ਨਾ ਹੈਗੀਆਂ, ਉਹਨਾਂ ਕੋਲ ਵਿਜੀਲੈਂਸ ਆ, ਅਤੇ ਵਿਜੀਲੈਂਸ ਤੋਂ ਉੱਪਰ ED ਆ, ਇਨਕਮ ਟੈਕਸ ਆ, CBI ਆ ਨਾ,
ਠੀਕ ਹੈ ਉਹ ਬਾਕੀਆਂ ਕੋਲ ਨਹੀਂ ਹੈਗੀ, ਕਿਉਂਕਿ ਇਸ ਟਾਈਮ ਦੋ ਪਾਰਟੀਆਂ ਕੋਲ ਸਭ ਤੋਂ ਵੱਡੀ ਜਿਹੜੀ ਵਾਸ਼ਿੰਗ ਮਸ਼ੀਨ ਆ ਉਹ ਬੀਜੇਪੀ ਕੋਲ ਆ। ਕੱਲ੍ਹ ਹੀ ਇੰਡੀਅਨ ਐਕਸਪ੍ਰੈਸ 'ਚ ਖਬਰ ਛਪੀ ਹੈਗੀ ਆ ਕਿ 25 ਅਜਿਹੇ ਲੀਡਰ ਨੇ ਜਿਹੜੇ ਦਾਗੀ ਸੀ ਸਿਰੇ ਦੇ, ਕਰਪਟ, ਕਰਪਟਾਂ ਦੇ ਵੀ ਕਰਪਟ, ਚੋਰਾਂ ਦੇ ਵੀ ਚੋਰ, ਲਟੇਰਿਆਂ ਦੇ ਵੀ ਮਾਂ ਲਟੇਰੇ, ਮਾਂ ਠੱਗ, ਉਹਨਾਂ ਚੋਂ 23 ਜਿਹੜੇ ਹੈਗੇ ਨੇ ਉਹ ਬੀਜੇਪੀ 'ਚ ਸ਼ਾਮਿਲ ਹੋ ਗਏ। ਬੀਜੇਪੀ ਦਾ ਉਹਨਾਂ ਨੇ ਗੱਲ 'ਚ ਪਾ ਲਿਆ ਪੱਟਾ, ਨਾ ਫਿਰ ਇਨਕਮ ਟੈਕਸ ਬੋਲੀ, ਨਾ ED ਬੋਲੀ, ਨਾ CBI ਬੋਲੀ, ਉਹਨਾਂ ਦੇ ਕੇਸ ਠੰਡੇ ਬਸਤੇ ਵਿੱਚ ਚੱਲ ਗਏ ਹੈਗੇ ਨੇ। ਇੱਥੋਂ ਤੱਕ ਜਿਹੜੇ 2G 3G ਵਾਲੇ ਸਕੈਮ ਕਹਿੰਦੇ ਹੁੰਦੇ ਸੀ ਕਾਂਗਰਸ ਸਰਕਾਰ ਦੇ ਵੇਲੇ ਕਿ ਹੋਏ, ਉਹਨਾਂ ਨੇ ਵੀ ਭਾਜਪਾ ਦੇ ਸ਼ਮੂਲੀਅਤ ਕੀਤੀ ਅਤੇ ਕੁਰਕਸ਼ੇਤਰ ਤੋਂ ਉਮੀਦਵਾਰ ਬਣਾਤਾ ਉਹਨਾਂ ਨੂੰ ਭਾਜਪਾ ਵੱਲੋਂ। ਬਿਲਕੁਲ, ਔਰ ਜਿਹੜੇ ਕੈਗ ਨੇ ਕਾਂਗਰਸ ਦਾ ਬੇੜਾ ਗਰਕ ਕੀਤਾ ਗਿਆ ਸੀ, ਉਹ ਕੈਗ ਦਾ ਜਿਹੜਾ ਚੇਅਰਮੈਨ ਉਹ ਬੀਜੇਪੀ ਨੇ ਉਹਨੂੰ ਕੁਰਸੀ ਦੇ ਦਿੱਤੀ ਸੀ, ਉਸ ਤੋਂ ਬਾਅਦ 2014 ਤੋਂ ਬਾਅਦ ਕੈਗ ਹੀ ਖਤਮ ਕਰ ਦਿੱਤਾ ਗਿਆ। ਮਤਲਬ ਕਈ ਅਦਾਰੇ ਕਹਿ ਦਿਓ ਕਿ ਜਿਵੇਂ ਵਾਰਾ ਕੁੱਤਿਆਂ ਨੂੰ ਟੀਕੇ ਲਾਈਦੇ ਅਤੇ ਪੰਜਾਬੀ 'ਚ ਕਹਿੰਦੇ ਨੇ ਕਿ ਖੱਸੀ ਕਰਤੇ ਨੇ, ਕਈ ਸੈਂਟਰ ਦੇ ਅਜਿਹੇ ਸੰਵਿਧਾਨਕ ਅਦਾਰੇ ਸੀ ਜਿਹੜੇ ਖੱਸੀ ਹੋ ਗਏ ਨੇ, ਮਤਲਬ ਉਹ ਨਪੁੰਸਕ ਹੋ ਗਏ ਨੇ। ਇਸ ਕਰਕੇ ਜਿਹੜੇ ਲੋਕ ਚਰਚਾ ਉਹਨਾਂ ਦੀ ਜਿਹੜੀ ਚਿੰਤਾ ਉਹ ਜਾਇਜ਼ ਆ ਕਿ ਬੀਜੇਪੀ ਆ, ਬੀਜੇਪੀ ਤੋਂ ਬਾਅਦ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਫਿਰ ਇੱਥੇ ਆਪ ਆਉਣਗੇ, ਜੇ ਬੰਗਾਲ ਦੀ ਕਰੋ ਕੋਈ ਲੋਕ TMC 'ਚ ਜਾਣਗੇ, ਜੇ ਕੇਰਲਾ 'ਚ ਹੋਊਗੇ ਤਾਂ ਲੋਕ ਉੱਥੇ ਖੱਬੀਆਂ ਧਿਰਾਂ ਦੇ ਨਾਲ ਜਾਣ, ਜਿੱਥੇ ਜਿੱਥੇ ਪਾਰਟੀ ਆ ਉੱਥੇ ਉੱਥੇ ਜਾਣਗੇ ਨਾ, ਜੇ ਨਿਤੀਸ਼ ਆ ਤਾਂ ਨਿਤੀਸ਼ ਦੀ ਪਾਰਟੀ 'ਚ ਸ਼ਾਮਿਲ ਹੋਣਗੇ। ਪਰ ਜਿਹੜਾ ਦੇਸ਼ ਦੇ ਲੀਡਰਾਂ ਨੇ ਪਖੰਡ ਪੜਦਾ ਔਰ ਦੇਸ਼ ਦੀ ਜਨਤਾ ਨੂੰ ਇਹਨਾਂ ਨੇ ਬੇਵਕੂਫ ਸਮਝ ਲਿਆ ਹੈਗਾ ਕਿ ਬੇਵਕੂਫ ਆ ਜਨਤਾ ਅਤੇ ਵੋਟਰ ਸਿਰੇ ਦੀ ਬੇਵਕੂਫ ਆ, ਇਹਨਾਂ ਨੂੰ 5 ਸਾਲ ਕੁੱਟੋ, ਆਖਰੀ ਮੌਕੇ ਸ਼ਰਾਬ ਦੇ ਦਿਓ, ਬਿਜਲੀ ਫ੍ਰੀ ਦੇ ਦਿਓ, ਆਟਾ ਫ੍ਰੀ ਦੇ ਦਿਓ, ਸਿਰ 'ਚ ਜੁੱਤੀਆਂ ਮਾਰੋ ਪਹਿਲਾਂ, ਵੀ ਇਹਨਾਂ 'ਤੇ ਵੋਟਾਂ ਪਾ ਦੇਣੀਆਂ। ਦੇਖੋ ਕੋਈ ਕਿਰਦਾਰ ਰਹਿ ਗਿਆ ਨਾ, ਲੀਡਰਾਂ ਦਾ ਕਿਰਦਾਰ ਰਹਿ ਗਿਆ, ਨਾ ਵੋਟਰਾਂ ਦਾ ਕਿਰਦਾਰ ਰਹਿ ਗਿਆ, ਨਾ ਲੀਡਰਾਂ ਦਾ ਇਮਾਨ ਰਹਿ ਗਿਆ, ਨਾ ਵੋਟਰਾਂ ਦਾ ਇਮਾਨ ਰਹਿ ਗਿਆ। ਅੱਜ ਤਾਂ ਤੁਸੀਂ ਵੋਟ ਪਾ ਤੀ ਕਿ ਇਹਨੂੰ ਅਸੀਂ ਜਿਤਾਉਣਾ ਹੀ ਆਮ ਆਦਮੀ ਪਾਰਟੀ ਦਾ ਬੰਦਾ, ਉਹ 2 ਸਾਲ ਬਾਅਦ ਉਹ BJP 'ਚ ਚਲਾ ਜਾਂਦਾ, ਫਿਰ ਅੱਜ ਸੋਚਿਆ ਕਿ ਆਮ ਆਦਮੀ ਪਾਰਟੀ ਦਾ MP ਬਣ ਗਿਆ ਵਾ, ਉਹ 3 ਮਹੀਨੇ ਬਾਅਦ ਉਹ BJP 'ਚ ਚਲਾ ਜਾਂਦਾ। ਜਿਹੜਾ ਪਿਛਲੀ ਵਾਰ 3 ਵਾਰਾਂ ਕਾਂਗਰਸ ਨੇ MP ਬਣਾਇਆ, ਲੋਕਾਂ ਨੇ ਕਹਿੰਦੇ ਕਾਂਗਰਸੀ ਚੰਗਾ ਬੰਦਾ ਕੰਮ ਕਰਦਾ, ਉਹ ਇਸ ਵਾਰ BJP ਵੱਲੋਂ ਲੜੂਗਾ। ਮਤਲਬ ਪੰਜਾਬ ਦੀ ਨਹੀਂ, ਦੇਸ਼ ਦੀ ਜਨਤਾ ਨੂੰ ਦੇਸ਼ ਦੇ ਜਿਹੜੇ ਲੀਡਰ ਨੇ MLA ਤੇ MP ਉਹ ਬੇਵਕੂਫ ਸਮਝਦੇ ਕਿ ਦੇਸ਼ ਦੀ ਜਨਤਾ ਬੁੱਧੂ ਆ, ਤੇ ਅਸੀਂ ਵਾਕਿਆ ਬੁੱਧੂ ਆ। ਜਿਹੜਾ ਬੰਦਾ ਅੱਜ ਸਾਨੂੰ ਟਿੱਚਰਾਂ ਕਰਦਾ ਕਿ ਤੁਸੀਂ ਤਾਂ ਮੈਨੂੰ ਜਿਤਾ ਹੀ ਦੇਣਾ, ਤੁਸੀਂ 22 ਦੇ ਵਿੱਚ ਮੈਨੂੰ MLA ਬਣਾ ਤਾ ਆਮ ਆਦਮੀ ਪਾਰਟੀ ਵੱਲੋਂ, ਫਿਰ ਕੋਈ ਜ਼ਿਮਨੀ ਚੋਣ ਹੁੰਦੀ ਆ ਮੈਨੂੰ ਫਿਰ ਤੁਸੀਂ MP ਬਣਾ ਦੇਣਾ। ਜਿਹੜਾ ਕਹਿੰਦਾ ਮੈਨੂੰ 3 ਵਾਰ MP ਬਣਾਇਆ ਕਾਂਗਰਸ ਸੀਟ ਦੇ ਉੱਤੇ, ਜੇ ਮੈਨੂੰ ਤੁਸੀਂ ਪਿਛਲੀ ਵਾਰ 3 ਵਾਰ MP ਬਣਾ ਚੁੱਕੇ ਹੋ, ਜੇ ਅੱਜ ਮੈਂ ਪਾਰਟੀ ਬਦਲ ਲਈ ਆ ਤੇ ਮੈਨੂੰ ਤੁਸੀਂ ਹੁਣ ਵੀ ਜਿਤਾ ਦੇਣਾ। ਮਤਲਬ ਜਿੰਨਾ ਲੋਕਾਂ ਦਾ ਜਨਾਜ਼ਾ, ਲੋਕਾਂ ਦਾ ਮਖੌਲ ਕੀਤਾ ਜਾ ਰਿਹਾ, ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ, ਬੇਵਕੂਫ ਸਮਝੇ ਜਾ ਰਹੇ, ਉਹ ਲੋਕਾਂ ਨੂੰ ਚਾਹੀਦਾ ਕਿ ਅਜਿਹੇ ਜਿਹੜੇ ਲੀਡਰ ਨੇ ਜਿਹੜੇ ਗਿਰਗਟ ਵਾਂਗੂ ਰੰਗ ਬਦਲਦੇ ਨੇ ਨਾ, ਹੁਣ ਤਾਂ ਕਹਿੰਦੇ ਨੇ ਕਿ ਮੌਸਮ ਵੀ ਸ਼ਰਮਿੰਦਾ ਕਰ ਦਿੱਤੇ ਨੇ ਦੇਸ਼ ਦੇ ਲੀਡਰਾਂ ਨੇ ਅਤੇ ਪੰਜਾਬ ਦੇ ਲੀਡਰਾਂ ਨੇ ਨਾ, ਮੌਸਮ ਬਦਲਦਾ ਨਾ ਜਾਂ ਗਿਰਕਟ ਆਪਣੇ ਰੰਗ ਬਦਲਦਾ, ਜਿਹੜੇ ਪੰਜਾਬ ਦੇ ਲੀਡਰ ਨੇ ਖਾਸ ਕਰਕੇ ਉਹਨਾਂ ਨੇ ਮੌਸਮ ਵੀ ਬਦਨਾਮ ਕਰ ਦਿੱਤੇ ਹੈਗੇ ਅਤੇ ਗਿਰਗਟ ਵੀ ਬਦਨਾਮ ਕਰ ਦਿੱਤੇ ਹੈਗੇ ਨੇ ਕਿ ਪਤਾ ਨਹੀਂ ਲੱਗਦਾ ਹੈਗਾ। ਅੱਜ ਖਬਰ ਹੁੰਦੀ ਹੈ ਕਿ ਫਲਾਨਾ ਨੱਥਾ ਸਿੰਘ ਆਮ ਆਦਮੀ ਪਾਰਟੀ, ਸਵੇਰੇ BJP ਦੀ ਤਿਆਰੀ ਹੋਈ ਹੁੰਦੀ। ਇੱਕ ਅਗਲਾ ਮੁੱਦਾ ਜਿਹੜਾ ਉਹ ਵੀ ਬੜਾ ਇੰਪੋਰਟੈਂਟ ਹੈ, ਉਹ ਇੱਕ ਤਸਵੀਰ ਦਾ, ਸੁਨੀਤਾ ਕੇਜਰੀਵਾਲ ਆਉਂਦੇ ਆ ਕਿ ਸੁਨੇਹਾ ਆਇਆ ਜੀ ਕੇਜਰੀਵਾਲ ਸਾਹਿਬ ਦਾ, ਉਹ ਸੁਨੇਹਾ ਜਦੋਂ ਬਿਆਨ ਕਰ ਰਹੇ ਹੁੰਦੇ ਆ ਤਾਂ ਲੋਕਾਂ ਦੀ ਨਜ਼ਰ ਪਿੱਛੇ ਪੈ ਗਈ ਕਿ ਇਹ ਤਾਂ ਦੋ ਤਸਵੀਰਾਂ ਹੁੰਦੀਆਂ ਸੀ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਸਾਹਿਬ ਦੀ, ਪਰ ਵਿਚਾਲੇ ਤਸਵੀਰ ਤਾਂ ਕੇਜਰੀਵਾਲ ਦੀ ਟੰਗ 'ਤੇ, ਕਹਿੰਦੇ ਇਹ ਬੜਾ ਮਾੜਾ ਹੋਇਆ। ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਆਲੋਚਨਾ ਕੀਤੀ ਔਰ ਲੋਕਾਂ ਨੇ ਸਾਹਮਣੇ ਆਇਆ ਕੇ ਵੀ ਲਾਈਵ ਹੋ ਕੇ ਵੀ ਆਖਿਆ ਕਿ ਇਹ ਤਾਂ ਸਰਾਸਰ ਗਲਤ ਹੈ ਜੀ, ਜਿਹਨਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੋਣ ਅਤੇ ਤਸਵੀਰ ਵਿਚਾਲੇ ਟੰਗੀ ਬੈਠੇ ਆਪਦੀ। ਨਹੀਂ, ਲੋਕ ਗਲਤ ਆ, ਕੇਜਰੀਵਾਲ ਦੇ ਵਾਈਫ 'ਤੇ ਸਹੀ ਹੈਗੇ ਨੇ ਜੀ,
ਜਿਹੜੀ ਪਾਰਟੀ ਕਹਿੰਦੀ ਆ ਜੇ ਮਨੀਸ਼ ਸਿਸੋਦੀਆ ਫੜਿਆ ਗਿਆ ਸੀ ਉਹ ਕਹਿੰਦੇ ਸੀ ਜੀ ਇਹ ਭਗਤ ਸਿੰਘ ਦਾ ਵਾਰਸ ਆ, ਜੇ ਅਰਵਿੰਦ ਕੇਜਰੀਵਾਲ ਨੂੰ ਫੜਿਆ ਗਿਆ ਤੇ ਉਹ ਅਰਵਿੰਦ ਕੇਜਰੀਵਾਲ ਕੀ ਕਹਿੰਦਾ ਹੈਗਾ, ਕਹਿੰਦੇ ਕਿ ਸ਼ਹੀਦ ਭਗਤ ਸਿੰਘ ਨੇ ਤੇ ਗੋਰਿਆਂ ਦੇ ਖਿਲਾਫ ਲੜਾਈ ਲੜੀ ਸੀ, ਮੈਂ ਚੋਰਾਂ ਦੇ ਖਿਲਾਫ ਲੜੀ ਰਹੀ, ਤੇ ਉਹ ਆਪਣੇ ਆਪ ਨੂੰ ਭਗਤ ਸਿੰਘ ਦੇ ਬਰਾਬਰ ਹੀ ਸਮਝਦੇ ਨਾ, ਉਹ ਭਗਤ ਸਿੰਘ ਤੋਂ ਘੱਟ, ਉਹ ਤੇ ਤੁਹਾਡੀ ਦਰਦ ਹੈਗਾ ਨਾ ਲੋਕਾਂ ਦਾ, ਤੁਹਾਨੂੰ ਤਕਲੀਫ ਹੋਊਗੀ, ਕੇਜਰੀਵਾਲ ਸਾਹਿਬ ਨੂੰ ਜਾਂ ਮੈਡਮ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਥੋੜ੍ਹਾ ਤਕਲੀਫ ਆ, ਤਕਲੀਫ ਤਾਂ ਉਹਨਾਂ ਲੋਕਾਂ ਨੂੰ ਹੋਣੀ ਚਾਹੀਦੀ ਨਾ ਜਿਹੜੇ ਉਹਨਾਂ ਨੂੰ ਉਹਨਾਂ ਦੀ ਭਾਵਨਾ ਵੀ ਨਹੀਂ ਸਮਝੇ, ਉਹ ਕਹਿੰਦੇ ਅਸੀਂ ਕਿਸੇ ਨਾਲੋਂ ਘੱਟ ਹਾਂ, ਅਸੀਂ ਵੀ ਭਗਤ ਸਿੰਘ ਹੀ ਹਾਂ, ਸਾਡੇ ਤੇ ਦੇਖੋ ਸਾਡੇ ਸੰਜੇ ਸਿੰਘ ਨੂੰ ਜਮਾਨਤ ਮਿਲ ਗਈ ਹੈਗੀ, ਈਡੀ ਨੇ ਮਨਾ ਹੀ ਕਰ ਦਿੱਤਾ ਕਿ ਸਾਨੂੰ ਰਿਮਾਂਡ ਹੀ ਚਾਹੀਦਾ, ਉਹ ਤਾਂ ਕਹਿੰਦੇ ਅਸੀਂ ਅਸਲੀ ਭਗਤ ਹਾਂ, ਭਗਤ ਸਿੰਘ ਅਸੀਂ ਹਾਂ, ਉਹ ਤੋਂ ਹੋਰ ਕੋਈ ਨਹੀਂ ਹੈਗਾ ਦੇਸ਼ ਦੇ ਵਿੱਚ, ਇਹ ਇਹ ਬਦਕਿਸਮਤੀ ਆ। ਪਹਿਲੀ ਗੱਲ ਕਿ ਜਿਹੜੇ ਮਿਸਿਸ ਦਿੱਲੀ ਸੀਐਮ ਨੇ, ਮਿਸਿਸ ਸੀਐਮ ਦਿੱਲੀ ਜਿਹੜੇ ਨੇ, ਕੀ ਉਹ ਇਸ ਸੀਐਮ ਦੀ ਕੁਰਸੀ 'ਤੇ ਬੈਠਦੇ ਲੋਕ ਇਹ ਵੀ ਗੱਲਾਂ ਕਰਦੇ ਨੇ, ਕਿਉਂਕਿ ਉਸੇ ਕੁਰਸੀ 'ਤੇ ਬੈਠ ਕੇ ਕੇਜਰੀਵਾਲ ਸਾਹਿਬ ਲੋਕਾਂ ਨੂੰ ਲਾਈਵ ਹੁੰਦੇ ਨੇ, ਜਿਹੜਾ ਸੁਨੇਹਾ ਆਉਂਦਾ ਟੈਲੀਪ੍ਰੋਮਟਰ 'ਤੇ ਸਾਹਮਣੇ ਪੜ੍ਹ ਰਹੇ ਹੁੰਦੇ, ਉਹਨਾਂ ਦੀਆਂ ਅੱਖਾਂ ਦੱਸਦੀਆਂ, ਕਿਉਂਕਿ ਫੀਲ ਦੇ ਨਾਲ ਨਹੀਂ ਪੜ੍ਹ ਰਹੇ ਹੁੰਦੇ, ਉਹ ਸਾਹਮਣੇ ਦੇਖ ਰਹੇ ਹੁੰਦੇ ਕਿ ਕਿਹੜੇ ਅੱਖਰ ਆ ਰਹੇ ਆ। ਚਲੋ ਟੈਲੀਪ੍ਰੋਮਟਰ ਦੇ ਨਾਲ ਪਹਿਲੇ ਉਹ ਤਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਪੜ੍ਹਦੇ ਹੈਗੇ ਨੇ, ਕਿਉਂਕਿ ਜਿਹੜੇ ਸੁਨੀਤਾ ਕੇਜਰੀਵਾਲ ਕਿਹੜੇ ਪੋਲੀਟੀਸ਼ਨ ਆ, ਉਹ ਵੀ ਤਾਂ ਇੱਕ ਆਈ ਆਰ ਐਸ ਆਫਿਸਰ ਸੀ, ਉਹਨਾਂ ਨੇ ਵੀ ਵੀ ਆਰ ਐਸ ਲੈ ਲਈ ਸੀ, ਠੀਕ ਹੈ, ਉਹ ਜੋ ਕੁਝ ਉਹਨਾਂ ਨੇ ਟੈਲੀਪ੍ਰੋਮਟਰ 'ਤੇ ਪੜ੍ਹਤਾ ਉਹ ਕੋਈ ਗੁਨਾਹ ਨਹੀਂ ਹੈਗਾ, ਪਰ ਕੀ ਉਹ ਜਿਹੜੀ ਕੁਰਸੀ ਉਹ ਕੇਜਰੀਵਾਲ ਸਾਹਿਬ ਦੀ ਕਿ ਕੋਈ ਨਵੀਂ ਬਣਾਈ ਗਈ ਹੈ ਕੁਰਸੀ, ਉਹ ਇੱਕ ਉਹ ਜਾਂਚ ਦਾ ਵਿਸ਼ਾ ਹੈਗਾ, ਉਹ ਸੋਚਣ ਵਾਲੀ ਗੱਲ, ਵਿਚਾਰਨ ਵਾਲੀ ਗੱਲ। ਹੁਣ ਜਿਹੜੀ ਇੱਕ ਪਾਸੇ ਬਾਬਾ ਸਾਹਿਬ ਦੀ ਫੋਟੋ, ਇੱਕ ਪਾਸੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ, ਕੀ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਆਮ ਆਦਮੀ ਪਾਰਟੀ ਨੇ ਸਾਬਤ ਕੀ ਕੀਤਾ ਹੈਗਾ, ਕੀ ਦਿਖਾਉਣਾ ਚਾਹੁੰਦੇ ਦੇਸ਼ ਦੀ ਜਨਤਾ ਨੂੰ ਕਿ ਕੀ ਕੇਜਰੀਵਾਲ ਸਾਹਿਬ ਜਿਹੜੇ ਈਡੀ ਨੇ ਅਰੈਸਟ ਕੀਤੇ ਨੇ ਕਰਪਸ਼ਨ ਦੇ ਕੇਸ ਦੇ ਵਿੱਚ, ਐਕਸਾਈਜ਼ ਪਾਲਿਸੀ ਕੇ, ਉਹ ਕੀ ਬਾਬਾ ਸਾਹਿਬ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬਰਾਬਰ ਨੇ? ਤੁਸੀਂ ਅਰਵਿੰਦ ਕੇਜਰੀਵਾਲ ਦੀ ਤੁਲਨਾ ਕਰ ਰਹੇ ਹੋ, ਜਿਹਨੇ ਬਾਬਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਬਣਾਇਆ, ਜਿਹਨੂੰ ਪੂਜਿਆ ਜਾਂਦਾ ਹੈਗਾ, ਜਿਹੜੇ ਸੰਵਿਧਾਨ ਦੀ ਕੇਜਰੀਵਾਲ ਸਾਹਿਬ ਨੇ ਸਹੁੰ ਖਾਂਦੇ ਨੇ, ਉਹ ਉਹਨਾਂ ਨੇ ਬਣਾਇਆ, ਤੁਸੀਂ ਉਹਦੇ ਨਾਲ ਤੁਲਨਾ ਕੀ ਕਰਦੇ? ਚਲੋ ਬਾਬਾ ਸਾਹਿਬ ਵੀ ਛੱਡ ਦਿਓ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿਹਨਾਂ ਨੇ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ ਹੈਗਾ, ਤੁਸੀਂ ਉਹਨਾਂ ਦੇ ਨਾਲ ਤਸਵੀਰ ਲਾ ਦੋਗੇ? ਮਤਲਬ ਤੁਸੀਂ ਇਹ ਲਾਓ ਕਿ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਲੀਡਰ ਜੇ ਕਿਸੇ ਗੁਰੂ ਪੀਰ ਪੈਗੰਬਰ ਦੇਵੀ ਦੇਵਤਿਆਂ ਦੇ ਨਾਲ ਵੀ ਅਤੇ ਭਗਵਾਨ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਨਾਲ ਵੀ ਉਹ ਤੁਲਨਾ ਕਰ ਸਕਦੇ ਨੇ, ਕਿਉਂਕਿ ਜਿਹੜੀ ਮੰਡੀ ਤੋਂ ਲੜ ਰਹੀ ਹੈਗੀ ਆ, ਉਹ ਕਹਿ ਰਹੇ ਕੰਗਣਾ ਰਣੌਤ, ਉਹ ਕਹਿੰਦੇ ਨੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਜਿਹੜੇ ਭਗਵਾਨ ਰਾਮ ਦੀ ਵੰਸ਼ 'ਚੋਂ ਨੇ। ਹੁਣ ਜਦ ਸਾਡੇ ਪੋਲੀਟੀਸ਼ੀਅਨ ਇੱਦਾਂ ਦੀਆਂ ਗੱਲਾਂ ਕਰਦੇ ਨੇ, ਬਾਬਾ ਸਾਹਿਬ ਦੇ ਨਾਲ ਮਿਲਾਤਾ ਜਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨਾਲ ਮਿਲਾਤਾ, ਇਸ ਤੋਂ ਵੱਡੀ ਗੱਲ ਤਾਂ ਮੰਡੀ ਵਾਲੀ ਕੈਂਡੀਡੇਟ ਹੀ ਕਰ ਗਈ ਕੰਗਣਾ ਰਣੌਤ, ਉਹਨੇ ਤਾਂ ਮੋਦੀ ਸਾਹਿਬ ਦੀ ਤੁਲਨਾ ਹੀ ਭਗਵਾਨ ਨਾਲ ਕਰ ਦਿੱਤੀ ਹੈਗੀ, ਅਤੇ ਤੁਸੀਂ ਇਹਦੇ ਵੋਟਰਾਂ ਨੇ ਡਿਸਾਈਡ ਕਰਨਾ ਕਿ ਆਖਿਰ ਕੀ ਕੀਤਾ ਜਾਵੇ। ਹੁਣ ਕੇਜਰੀਵਾਲ ਸਾਹਿਬ ਨੂੰ ਲੈ ਕੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੀ ਕਰਤਾ, ਕੰਪੇਨ ਸ਼ੁਰੂ ਕਰਤੀ ਸੋਸ਼ਲ ਮੀਡੀਆ 'ਤੇ, ਕੰਪੇਨ ਕੀ ਕਰ ਚਲਾ ਦਿੱਤੇ ਨੇ ਪਹਿਲਾਂ ਤਾਂ ਕਿ ਮੋਦੀ ਸਾਹਿਬ ਕਿਹਦੇ ਕੋਲ ਡਰਦੇ ਹੈਗੇ ਨੇ, ਕੇਜਰੀਵਾਲ ਸਾਹਿਬ ਕੋਲ ਡਰਦੇ। ਹੁਣ ਕਹਿੰਦੇ ਨੇ ਕਿ 7 ਅਪ੍ਰੈਲ ਨੂੰ ਕੇਜਰੀਵਾਲ ਦੇ ਲਈ ਦੇਸ਼ ਰੱਖੇਗਾ ਵਰਤ, ਤੁਸੀਂ 7 ਅਪ੍ਰੈਲ ਨੂੰ ਦੇਸ਼ ਭਰ ਵਿੱਚੋਂ ਚਾਹੇ ਆਪਣੇ ਘਰ ਵਿੱਚ, ਪਿੰਡ, ਕਸਬੇ, ਤਹਿਸੀਲ, ਜ਼ਿਲ੍ਹਾ ਜਾਂ ਸੂਬੇ ਵਿੱਚ ਕਿਤੇ ਵੀ ਅਰਵਿੰਦ ਕੇਜਰੀਵਾਲ ਜੀ ਦੇ ਲਈ ਪ੍ਰਾਰਥਨਾ ਸਭਾ ਜਾਂ ਵਰਤ ਰੱਖੋ ਅਤੇ ਉਹਨਾਂ ਨੂੰ ਕੇਜਰੀਵਾਲ ਆਓ ਆਸ਼ੀਰਵਾਦ .com 'ਤੇ ਆਪਣਾ ਸੰਦੇਸ਼ ਵੀ ਭੇਜੋ। ਲੋ ਕਰ ਲਓ ਗੱਲ, ਦੇਸ਼ ਰੱਖ ਰਿਹਾ ਨੇ ਕੇਜਰੀਵਾਲ ਵਾਸਤੇ ਵਰਤ। ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਨਾ ਕਿ ਕਰੋਨਾ ਨੂੰ ਭਜਾਉਣਾ ਅਤੇ ਥਾਲੀਆਂ ਖੜਕਾਓ, ਚਮਚੇ ਖੜਕਾਓ, ਪੂਰਾ ਹਿੰਦੁਸਤਾਨ ਪਾਗਲ ਹੋ ਕੇ ਕੋਠਿਆਂ 'ਤੇ ਚੜ੍ਹ ਕੇ ਥਾਲੀਆਂ ਖੜਕਾਉਂਦਾ ਰਿਹਾ। ਫਿਰ ਜਿਵੇਂ ਉਹਨਾਂ ਨੇ ਕਹਿ ਦਿੱਤਾ ਗਿਆ ਸੀ ਕਿ ਜੀ ਬਿਜਲੀ ਬੰਦ ਕਰ ਦਿਓ,
ਫਿਰ ਕਈ ਭਲੇ ਮਾਨਸੇ ਅਫਸਰਾਂ ਨੇ ਸਮਝਾਇਆ ਕਿ ਆਪਣੇ ਸਾਰਾ ਸਿਸਟਮ ਹੀ ਕਲੈਪਸ ਹੋ ਜਾਊਗਾ। ਸਰਕਾਰਾਂ ਜਾਂ ਸਰਕਾਰਾਂ ਦੇ ਲੀਡਰ ਇਹੋ ਜਿਹੀਆਂ ਵੀ ਹਰਕਤਾਂ ਕਰ ਦਿੰਦੇ ਨੇ। ਹੁਣ ਕੇਜਰੀਵਾਲ ਸਾਹਿਬ ਸਹੀ ਫੋਟੋ ਲੈ ਰਹੇ ਨਾ, ਇਸ ਤੋਂ ਅੰਦਾਜ਼ਾ ਕੀ ਨਿਕਲਦੇ ਕਿ ਵਾਕਈ ਜਿਹੜੇ ਅਰਵਿੰਦ ਕੇਜਰੀਵਾਲ ਆ ਉਹਨਾਂ ਦੀ ਖਾਤਰ ਪੂਰਾ ਹਿੰਦੁਸਤਾਨ ਵਰਤ ਰੱਖੂਗਾ। ਵੈਸੇ ਵੀ ਨਰਾਤੇ ਸ਼ੁਰੂ ਹੋਣ ਵਾਲੇ ਨੇ, ਕੇਜਰੀਵਾਲ ਸਾਹਿਬ ਵਾਸਤੇ ਵਰਤ ਰੱਖਣਗੀ ਦੇਸ਼ ਦੀ ਜਨਤਾ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ ਦੇ ਘਰਾਂ ਦੇ ਵਿੱਚ। ਅਤੇ ਫਿਰ ਉਹਨਾਂ ਨੇ ਫੋਟੋ ਤਾਂ ਸਹੀ ਲਾਈ ਨਾ, ਵੀ ਇੱਕ ਪਾਸੇ ਬਾਬਾ ਸਾਹਿਬ, ਵਿਚਕਾਰ ਕੇਜਰੀਵਾਲ ਸਾਹਿਬ, ਸੱਜੇ ਪਾਸੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ। ਉਹਨਾਂ ਨੇ ਬਣਾ ਦਿੱਤਾ ਹੈਗਾ ਕਿ ਇਹ ਵੀ ਕੇਜਰੀਵਾਲ ਸਾਹਿਬ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਤੇ ਬਾਬਾ ਸਾਹਿਬ ਨਾਲੋਂ ਘੱਟ ਨਹੀਂ ਆ। ਜੇ ਇੱਕ ਬੰਦੇ ਵਾਸਤੇ ਜਿਹਨੂੰ ਅਰੈਸਟ ਕੀਤਾ ਭ੍ਰਿਸ਼ਟਾਚਾਰ ਦੇ ਮਸਲੇ 'ਤੇ, ਅਤੇ ਜੇ ਉਹਦੇ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪ੍ਰਾਰਥਨਾ ਕਰੋ ਤੇ ਉਹਦੇ ਵਾਸਤੇ ਵਰਤ ਰੱਖੋ, ਤੇ ਫਿਰ ਵੱਡਾ ਲੀਡਰ ਹੈ। ਐਡੇ ਵੱਡੇ ਲੀਡਰ ਹੁੰਦੇ ਤੇ ਲੋਕ ਤੇ ਆਮ ਵਾਰੇ ਸੜਕਾਂ ਤੇ ਆਉਂਦੇ, ਪੰਜਾਬ 'ਚ ਤਾਂ ਘੱਟੋ ਘੱਟ ਇਹ ਲਹਿਰ ਨਹੀਂ ਦਿਖੀ, ਬਾਕੀ ਦੇਸ਼ ਦਾ ਆਪਾਂ ਨਾ ਵੀ ਹਿਸਾਬ ਲਾਈਏ। ਨਹੀਂ ਹੁਣ ਸਰਕਾਰ ਕਰੂਗੀ, ਕਿਉਂਕਿ ਆਮ ਆਦਮੀ ਪਾਰਟੀ ਹੋਵੇ ਚਾਹੇ ਬੀਜੇਪੀ ਹੋਵੇ, ਜਿਹੜੇ ਵੀ ਇਹਨਾਂ ਦੇ ਆਪਣੇ ਪਾਰਟੀ ਦੇ ਪ੍ਰੋਗਰਾਮ ਨੇ ਜਾਂ ਸਰਕਾਰ ਦੇ ਪ੍ਰੋਗਰਾਮ, ਉਹਨੂੰ ਨਾ ਈਵੈਂਟ ਮੈਨੇਜਮੈਂਟ ਦੇ ਤੌਰ 'ਤੇ ਸਥਾਪਿਤ ਕਰਦੇ। ਹੁਣ ਤੁਸੀਂ ਦੇਖੋ 7 ਤਰੀਕ 'ਤੇ ਚੜ੍ਹ ਲੈਂਦੇ ਹੋ, 7 ਤਰੀਕ ਦੀ ਪਹਿਲੀ ਕਿਰਨ ਦੇ ਕੀ ਹੋਣਗੇ? ਆਮ ਆਦਮੀ ਪਾਰਟੀ ਜਿਹੜੇ ਉਹਨਾਂ ਦੇ ਵਲੰਟੀਅਰ ਵਰਕਰ, ਉਹ ਫੇਸਬੁੱਕ ਯੂਟਿਊਬ 'ਤੇ ਭਰ ਦੇਣਗੇ, ਇਹ ਕਿਉਂਕਿ ਈਵੈਂਟ ਮੈਨੇਜਮੈਂਟ ਆ। ਹੁਣ ਕੇਜਰੀਵਾਲ ਸਾਹਿਬ ਇਲੈਕਸ਼ਨ ਆ ਲੋਕ ਸਭਾ, ਅਤੇ ਇੱਕ ਦੇਸ਼ ਦਾ ਇੱਕ ਵੱਡਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੇਜਰੀਵਾਲ ਵੀ ਭਗਤ ਸਿੰਘ ਅਤੇ ਬਾਬਾ ਸਾਹਿਬ ਤੋਂ ਨਾਲੋਂ ਘੱਟ ਨਹੀਂ ਹੈਗੇ ਜਾਂ ਨਰਿੰਦਰ ਮੋਦੀ ਨਾਲੋਂ ਘੱਟ ਨਹੀਂ ਹੈਗੇ। ਦੇਖੋ ਕਿੱਡੀ ਦੇਸ਼ ਦੀ ਜਨਤਾ ਨੇ ਕਿੰਨਾ ਉਹਨਾਂ ਵਾਸਤੇ ਵਰਤ ਰੱਖ ਲਿਆ। ਹੁਣ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਇਹਨਾਂ ਦੇ ਵਰਕਰ ਨੇ, MLA ਨੇ, ਮੰਤਰੀ, ਵਰਤ ਰੱਖਣਾ ਪੈਣਾ, ਕਿਉਂਕਿ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਫਿਰ ਇਹਨਾਂ ਦੀਆਂ ਫੋਟੋਆਂ ਵੀ ਦੇਖਣੀਆਂ। ਜਿਹੜਾ ਵਰਤ ਨਹੀਂ ਰੱਖੂਗਾ ਉਹਦੀ ਅਗਲੀ ਵਾਰ ਟਿਕਟ ਨਹੀਂ, ਟਿਕਟ ਕੱਟੀ ਜਾਊਗੀ। ਜਿਹੜੇ ਆਮ ਆਦਮੀ ਪਾਰਟੀ ਦੇ MLA ਕਹਿੰਦੇ ਨੇ ਕਿ ਗਾਂ ਮਾਤਾ ਨੂੰ ਵੀ ਰਾਸ਼ਟਰੀ ਪੰਛੀ ਬਣਾ ਲਓ, ਤੇ ਉਹ ਜਿਹੜੇ ਪੰਛੀ ਨੇ ਨਾਭੇ ਵਾਲੇ, ਉਹਦੇ ਅੱਜ ਤੋਂ ਹੀ ਉਹਨੇ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਹੋਊਗਾ। ਉਹਨੇ ਤਾਂ ਫੋਟੋ ਵੀ ਭੇਜਤੀ ਹੋਣੀ ਆ ਮੈਡਮ ਕੇਜਰੀਵਾਲ ਨੂੰ, ਜੀ ਮੈਂ ਪਹਿਲਾਂ ਹੀ ਰੱਖ ਲਿਆ, ਤੁਸੀਂ ਇੱਕ ਦਿਨ ਕਹਿੰਦੇ ਹੈਗੇ, ਮੈਂ ਤਾਂ 7 ਦਿਨ ਵਾਸਤੇ ਰੱਖ ਸਕਦਾ ਹੈਗਾ। ਮੈਨੂੰ ਲੱਗਦਾ ਹੈ ਕਿ ਇੱਕ ਪੋਲੀਟੀਕਲ ਸਟੰਟ ਬਾਜੀ, ਇਹਦੇ ਨਾਲ ਦੇਸ਼ ਨੂੰ ਕੀ ਭਲਾ ਹੋਣਾ, ਪਰ ਇੱਕ ਪੋਲੀਟੀਕਲ ਲੜਾਈ, ਸਿਧਾਂਤਕ ਲੜਾਈ ਬਣਾਉਣ ਦੀ ਖਾਤਰ ਦੇਸ਼ ਦੀ ਜਨਤਾ ਨੂੰ ਵਿਦੇਸ਼ਾਂ ਵਿੱਚ ਵੱਸਦੀਏ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਉੱਪਰ ਅੱਤਿਆਚਾਰ ਕੀਤਾ ਜਾ ਰਿਹਾ। ਔਰ ਦੇਖੋ ਅੱਤਿਆਚਾਰ ਤੋਂ ਦੇਸ਼ ਦੀ ਜਨਤਾ ਕਿੰਨੀ ਦੁਖੀ ਹੋਈ ਆ। ਉਹਨਾਂ ਨੇ ਵਰਤ ਰੱਖੇ ਨੇ, ਉਹਨਾਂ ਨੇ ਪ੍ਰਾਰਥਨਾ ਕੀਤੀ ਹੈਗੀ, ਕਿਉਂਕਿ ਜਰਮਨੀ ਔਰ ਅਮੈਰੀਕਾ ਨੂੰ ਕੇਜਰੀਵਾਲ ਸਾਹਿਬ ਦੇ ਫੜ ਨਾਲ ਉਹਨਾਂ ਨੂੰ ਪਹਿਲਾਂ ਹੀ ਪਤਾ ਨਹੀਂ ਕਿਸ ਇੱਕ ਕੰਟਰੀ ਦਾ ਇੱਕ ਚੀਫ ਮਿਨਿਸਟਰ ਪੜਿਆ ਹੋਇਆ, ਅਤੇ ਜਿਹੜਾ ਅਮੈਰੀਕਾ ਔਰ ਜਰਮਨੀ ਉਹਨਾਂ ਨੂੰ ਚਮੂਣੇ ਜਿਹੜੇ ਲੜੇ ਆ ਗਏ ਨੇ ਉਸ ਮਸਲੇ 'ਚ, ਭਾਰਤ ਸਰਕਾਰ ਨੇ ਵੀ ਖੁੱਲ੍ਹ ਕੇ ਜਵਾਬ ਨਹੀਂ ਦਿੱਤਾ। ਜੀ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਅਹਿਮ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਤੁਸੀਂ ਕੀ ਸੋਚਦੇ, ਸਮਝਦੇ ਹੋ, ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ, ਅਤੇ ਬਣੇ ਰਹੋ ABC ਪੰਜਾਬ ਦੇ ਨਾਲ।